ਮੇਰੀ ਬਹੂ ਮੈਨੂੰ ਕਹਿ ਰਹੀ ਸੀ, ਪਾਪਾ ਜੀ ਥੋੜ੍ਹਾ ਚੰਗੀ ਤਰ੍ਹਾਂ ਨਾਲ ਕਰੋ, ਜਿਵੇਂ ਤੁਸੀਂ ਆਪਣੀ ਪਤਨੀ ਨਾਲ ਕਰਦੇ ਹੁੰਦੇ ਸੀ। ਮੈਂ ਵੀ ਤੁਹਾਡੀ ਨੂੰਹ ਹਾਂ, ਫਿਰ ਮੇਰੇ ਨਾਲ ਅਜਿਹਾ ਵਿਤਕਰਾ ਕਿਉਂ ਕਰਦੇ ਹੋ? ਤੁਹਾਡਾ ਬੇਟਾ ਤਾਂ ਇਸ ਸਮੇਂ ਇਸ ਹਾਲਤ ਵਿੱਚ ਨਹੀਂ ਹੈ, ਇਸ ਲਈ ਮੈਂ ਤੁਹਾਡੇ ਤੋਂ ਉਹ ਖੁਸ਼ੀ ਲੈਣਾ ਚਾਹੁੰਦੀ ਹਾਂ। ਜੇਕਰ ਤੁਸੀਂ ਮੈਨੂੰ ਉਹ ਖੁਸ਼ੀ ਨਹੀਂ ਦਿੱਤੀ ਤਾਂ ਮੈਨੂੰ ਬਾਹਰ ਕਿਸੇ ਹੋਰ ਕੋਲ ਜਾਣਾ ਪਵੇਗਾ। ਫਿਰ ਤੁਸੀਂ ਮੈਨੂੰ ਇਹ ਨਾ ਕਹੋ ਕਿ ਲੋਕ ਕੀ ਕਹਿਣਗੇ। ਇਹ ਗੱਲ ਮੇਰੀ ਨੂੰਹ ਮੈਨੂੰ ਕਹਿ ਰਹੀ ਸੀ, ਕਿਉਂਕਿ ਉਹ ਇਸ ਖੁਸ਼ੀ ਨੂੰ ਪਾਉਣ ਲਈ ਬੁਰੀ ਤਰ੍ਹਾਂ ਨਾਲ ਤੜਫ ਰਹੀ ਸੀ। ਮੇਰਾ ਨਾਮ ਸੰਜੇ ਹੈ, ਮੇਰੀ ਉਮਰ 52 ਸਾਲ ਹੈ। ਮੈਂ ਸ਼ੁਰੂ ਤੋਂ ਹੀ ਆਪਣੀ ਸਿਹਤ ਦਾ ਖਿਆਲ ਰੱਖਦਾ ਆ ਰਿਹਾ ਹਾਂ। ਮੈਂ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਐਕਸਰਸਾਈਜ਼ ਵੀ ਕਰਦਾ ਹਾਂ, ਜਿਸ ਕਾਰਨ ਮੈਂ ਅਜੇ ਵੀ ਜਵਾਨ ਵਿਖਦਾ ਹਾਂ। ਮੇਰਾ ਇੱਕ ਬੇਟਾ ਹੈ, 6 ਮਹੀਨੇ ਪਹਿਲਾਂ ਹੀ ਮੈਂ ਉਸ ਦਾ ਵਿਆਹ ਕਰਵਾ ਦਿੱਤਾ ਸੀ। ਮੈਨੂੰ ਉਸ ਦਾ ਵਿਆਹ ਉਸ ਦੀ ਹੀ ਪਸੰਦ ਦੀ ਕੁੜੀ ਨਾਲ ਕਰਨਾ ਪਿਆ, ਕਿਉਂਕਿ ਵਿਆਹ ਤੋਂ ਪਹਿਲਾਂ ਉਸਨੇ ਮੈਨੂੰ ਸਾਫ਼ ਸਾਫ਼ ਕਹਿ ਦਿੱਤਾ ਸੀ ਕਿ ਜੇਕਰ ਮੈਂ ਉਸ ਦਾ ਵਿਆਹ ਇਹ ਕੁੜੀ ਨਾਲ ਨਾ ਕਰਵਾਇਆ ਤਾਂ ਮੈਂ ਘਰ ਛੱਡ ਕੇ ਚਲਿਆ ਜਾਵਾਂਗਾ। ਵੈਸੇ ਮੇਰਾ ਬੇਟਾ ਮੇਰੀ ਬਹੁਤ ਫਿਕਰ ਵੀ ਕਰਦਾ ਹੈ, ਉਹ ਮੈਨੂੰ ਬਹੁਤ ਪਿਆਰ ਕਰਦਾ ਹੈ। ਮੈਂ ਸੋਚਿਆ ਕਿ ਮੇਰਾ ਇੱਕ ਹੀ ਤਾਂ ਬੇਟਾ ਹੈ ਅਤੇ ਜੇਕਰ ਉਹ ਵੀ ਘਰ ਛੱਡ ਕੇ ਚਲਿਆ ਗਿਆ ਤਾਂ ਮੇਰਾ ਅਤੇ ਮੇਰੀ ਪਤਨੀ ਦਾ ਕੀ ਹੋਵੇਗਾ। ਇਸ ਲਈ ਮੈਂ ਉਸ ਦੀ ਮਰਜ਼ੀ ਅਨੁਸਾਰ ਉਸ ਕੁੜੀ ਨਾਲ ਹੀ ਉਸਦਾ ਵਿਆਹ ਕਰਵਾ ਦਿੱਤਾ। ਮੇਰੀ ਨੂੰਹ ਬਹੁਤ ਹੀ ਚੰਗੀ ਸੀ ਅਤੇ ਉਹ ਮੇਰੇ ਬੇਟੇ ਦਾ ਵੀ ਬਹੁਤ ਖਿਆਲ ਰੱਖਦੀ ਸੀ। ਅਫਸੋਸ, ਮੇਰੇ ਬੇਟੇ ਦੇ ਵਿਆਹ ਤੋਂ 2 ਮਹੀਨੇ ਬਾਅਦ ਮੇਰੀ ਪਤਨੀ ਦਾ ਦੇਹਾਂਤ ਹੋ ਗਿਆ, ਜਿਸ ਕਾਰਨ ਹੁਣ ਮੈਂ ਬਹੁਤ ਇਕੱਲਾ ਹੋ ਗਿਆ ਸੀ, ਕਿਉਂਕਿ ਮੇਰਾ ਬੇਟਾ ਅਤੇ ਮੇਰੀ ਨੂੰਹ ਆਪਣਾ ਜ਼ਿਆਦਾਤਰ ਸਮਾਂ ਕਮਰੇ ਵਿੱਚ ਹੀ ਬਿਤਾਉਂਦੇ ਸਨ। ਜਦੋਂ ਮੈਂ ਇਕੱਲੇ ਬੈਠ ਕੇ ਬਹੁਤ ਬੋਰ ਹੋਣ ਲੱਗ ਪੈਂਦਾ ਤਾਂ ਮੈਂ ਆਪਣੇ ਸਭ ਤੋਂ ਚੰਗੇ ਦੋਸਤ ਸਮੀਰ ਦੇ ਘਰ ਚਲਿਆ ਜਾਂਦਾ ਸੀ ਅਤੇ ਆਪਣਾ ਜ਼ਿਆਦਾਤਰ ਸਮਾਂ ਉਸਦੇ ਨਾਲ ਹੀ ਬਿਤਾਉਂਦਾ ਸੀ। ਸਮੀਰ ਮੇਰਾ ਬਚਪਨ ਦਾ ਦੋਸਤ ਸੀ। ਉਹ ਮੈਨੂੰ ਅਕਸਰ ਪੁੱਛਦਾ, ਯਾਰ ਤੇਰੀ ਨੂੰਹ ਅਤੇ ਪੁੱਤ ਕਿਵੇਂ ਨੇ? ਮੈਂ ਉਸਨੂੰ ਕਹਿੰਦਾ ਹਾਂ, ਹਾਂ ਹਾਂ ਉਹ ਬਿਲਕੁਲ ਠੀਕ ਠਾਕ ਨੇ ਅਤੇ ਉਹ ਦੋਵੇਂ ਬਹੁਤ ਖੁਸ਼ ਸਨ। ਮੈਂ ਸਮੀਰ ਤੋਂ ਪੁੱਛਿਆ, ਤੇਰੀ ਨੂੰਹ ਅਤੇ ਬੇਟਾ ਕਿੱਥੇ ਨੇ? ਅੱਜ ਕੱਲ੍ਹ ਵਿਖਾਈ ਨਹੀਂ ਦਿੰਦੇ ਉਹ। ਫਿਰ ਉਸਨੇ ਕਿਹਾ, ਕੀ ਦੱਸਾਂ ਦੋਸਤ, ਉਹ ਆਪਣੀ ਪਤਨੀ ਨਾਲ ਸ਼ਹਿਰ ਵਿੱਚ ਰਹਿਣ ਲੱਗ ਗਿਆ ਹੈ, ਸ਼ਾਇਦ ਹੁਣ ਅਸੀਂ ਉਸਨੂੰ ਚੰਗੇ ਨਹੀਂ ਲੱਗਦੇ। ਇਹ ਸੁਣ ਕੇ ਮੈਨੂੰ ਵੀ ਆਪਣੇ ਨੂੰਹ ਅਤੇ ਪੁੱਤ ਦੀ ਫਿਕਰ ਹੋਣ ਲੱਗ ਗਈ ਕਿ ਕਿਤੇ ਉਹ ਵੀ ਮੈਨੂੰ ਛੱਡ ਕੇ ਨਾ ਚਲੇ ਜਾਵਣ, ਮੈਂ ਉਹਨਾਂ ਬਿਨਾਂ ਇਕੱਲਾ ਕਿਵੇਂ ਰਹਾਂਗਾ। ਇਹੀ ਸੋਚਾਂ ਵਿੱਚ ਮੈਂ ਆਪਣੇ ਘਰ ਚਲਿਆ ਗਿਆ। ਉਸ ਦਿਨ ਮੈਂ ਆਪਣੇ ਬੇਟੇ ਅਤੇ ਨੂੰਹ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਮੈਂ ਉਹਨਾਂ ਨੂੰ ਦੱਸਣ ਲੱਗਿਆ ਕਿ ਤੇਰੇ ਅੰਕਲ ਦਾ ਮੁੰਡਾ ਘਰੋਂ ਚਲਿਆ ਗਿਆ ਹੈ, ਤੁਸੀਂ ਵੀ ਮੇਰੇ ਨਾਲ ਅਜਿਹਾ ਤਾਂ ਨਹੀਂ ਕਰੋਗੇ? ਫਿਰ ਮੇਰੇ ਬੇਟੇ ਨੇ ਕਿਹਾ, ਨਹੀਂ ਪਾਪਾ ਮੈਂ ਅਜਿਹਾ ਕਦੇ ਨਹੀਂ ਕਰਾਂਗਾ, ਤੁਸੀਂ ਇਸ ਤਰ੍ਹਾਂ ਦਾ ਕੁਝ ਵੀ ਨਾ ਸੋਚੋ। ਮੇਰੀ ਨੂੰਹ ਵੀ ਇਹ ਸਭ ਗੱਲਾਂ ਸੁਣ ਰਹੀ ਸੀ। ਅਗਲੀ ਸਵੇਰ ਅਚਾਨਕ ਮੇਰੇ ਬੇਟੇ ਦੀ ਤਬੀਅਤ ਵਿਗੜ ਗਈ ਅਤੇ ਉਸਨੂੰ ਹੌਸਪੀਟਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰ ਨੇ ਉਸਦਾ ਚੈੱਕਅਪ ਕਰਕੇ ਦੱਸਿਆ ਕਿ ਉਸਨੂੰ ਠੀਕ ਹੋਣ ਵਿੱਚ ਘੱਟੋ ਘੱਟ 1 ਮਹੀਨਾ ਲੱਗ ਜਾਵੇਗਾ। ਮੇਰਾ ਬੇਟਾ ਹੌਸਪੀਟਲ ਵਿੱਚ ਦਾਖਲ ਸੀ। ਹੁਣ ਘਰ ਵਿੱਚ ਸਿਰਫ ਮੈਂ ਅਤੇ ਮੇਰੀ ਨੂੰਹ ਹੀ ਸੀ। ਮੇਰੀ ਨੂੰਹ ਹਰ ਰੋਜ਼ ਮੇਰੇ ਬੇਟੇ ਨੂੰ ਮਿਲਣ ਜਾਂਦੀ ਸੀ ਅਤੇ ਘਰ ਆ ਕੇ ਉਹ ਕੁਝ ਦੇਰ ਮੇਰੇ ਕੋਲ ਬੈਠ ਜਾਂਦੀ ਸੀ। ਕੁਝ ਦਿਨ ਤਾਂ ਉਸਨੇ ਆਪਣੇ ਕਮਰੇ ਵਿੱਚ ਹੀ ਵਧੀਆ ਸਮਾਂ ਬਿਤਾਇਆ, ਪਰ ਇੱਕ ਦਿਨ ਅਚਾਨਕ ਉਹ ਮੇਰੇ ਕੋਲ ਆ ਗਈ। ਉਹ ਮੇਰੇ ਵੱਲ ਬੜੀ ਅਜੀਬ ਨਜ਼ਰਾਂ ਨਾਲ ਵੇਖਣ ਲੱਗ ਗਈ। ਉਹ ਮੇਰੇ ਕੋਲ ਆ ਕੇ ਫਿਰ ਆਪਣੇ ਕਮਰੇ ਵਿੱਚ ਵਾਪਸ ਚਲੀ ਗਈ। ਮੈਨੂੰ ਲੱਗਿਆ ਕਿ ਉਹ ਕੁਝ ਕਹੇਗੀ, ਪਰ ਉਸਨੇ ਮੈਨੂੰ ਕੁਝ ਨਹੀਂ ਕਿਹਾ।
ਮੇਰੇ ਬੇਟੇ ਨੂੰ ਹੌਸਪੀਟਲ ਵਿੱਚ ਦਾਖਲ ਹੋਏ ਨੂੰ ਤਕਰੀਬਨ 20 ਦਿਨ ਹੋ ਗਏ ਸੀ। ਉਹਨਾਂ ਦੋਵਾਂ ਦੇ ਇੰਨੇ ਦਿਨਾਂ ਦੇ ਵਿਛੋੜੇ ਕਾਰਨ ਮੇਰੀ ਨੂੰ ਪੂਰੀ ਪਿਆਸੀ ਸੀ। ਅਗਲੇ ਦਿਨ ਉਹ ਦੁਬਾਰਾ ਮੇਰੇ ਕੋਲ ਆਈ। ਉਸਨੇ ਮੈਨੂੰ ਸਾਫ ਸਾਫ ਕਹਿ ਦਿੱਤਾ। ਉਸ ਦੀ ਗੱਲ ਸੁਣ ਕੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਰਾਂ ਅਤੇ ਕੀ ਕਰਾਂ। ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ। ਉਹ ਮੈਨੂੰ ਕਹਿਣ ਲੱਗੀ, ਪਾਪਾ ਜੀ ਮੇਰਾ ਬਹੁਤ ਦਿਲ ਕਰ ਰਿਹਾ ਹੈ, ਪਲੀਜ਼ ਮੇਰੇ ਉੱਤੇ ਤਰਸ ਖਾਓ ਅਤੇ ਮੈਨੂੰ ਉਹ ਖੁਸ਼ੀ ਦੇ ਦੇਵੋ ਜਿਸ ਲਈ ਮੈਂ ਤੜਫ ਰਹੀ ਹਾਂ। ਮੈਂ ਉਸਨੂੰ ਕਿਹਾ, ਬਹੂ ਤੂੰ ਇਹ ਕੀ ਕਹਿ ਰਹੀ ਹੈ, ਤੈਨੂੰ ਇਹ ਬੋਲਦੇ ਹੋਏ ਸ਼ਰਮ ਨਹੀਂ ਆਉਂਦੀ, ਮੈਂ ਤੇਰਾ ਸਹੁਰਾ ਹਾਂ। ਫਿਰ ਉਸਨੇ ਇੱਕ ਇਹੋ ਜਿਹੀ ਗੱਲ ਕਹਿ ਦਿੱਤੀ ਜਿਸ ਨੂੰ ਸੁਣ ਕੇ ਮੈਂ ਨਾ ਨਹੀਂ ਕਹਿ ਸਕਿਆ। ਮੈਨੂੰ ਆਪਣੀ ਨੂੰਹ ਨਾਲ ਮਜਬੂਰਨ ਉਸਨੇ ਮੈਨੂੰ ਕਿਹਾ ਕਿ ਜੇਕਰ ਤੁਸੀਂ ਮੇਰੇ ਨਾਲ ਅਜਿਹਾ ਨਾ ਕੀਤਾ ਤਾਂ ਮੈਂ ਬਾਹਰ ਕਿਸੇ ਹੋਰ ਕੋਲ ਜਾਵਾਂਗੀ ਅਤੇ ਬਾਹਰ ਤੋਂ ਖੁਸ਼ੀ ਹਾਸਲ ਕਰ ਲਵਾਂਗੀ, ਕਿਉਂਕਿ ਕਾਫੀ ਸਮਾਂ ਹੋ ਗਿਆ ਹੈ, ਹੁਣ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ। ਉਹ ਬਾਹਰ ਨਾ ਚਲੀ ਜਾਵੇ ਤਾਂ ਕਰਕੇ ਮੈਨੂੰ ਉਸ ਨਾਲ ਉਹ ਸਭ ਕਰਨਾ ਪਿਆ। ਜੇ ਮੈਂ ਮਨਾ ਕਰ ਦਿੰਦਾ ਤਾਂ ਉਹ ਬਾਹਰ ਚਲੀ ਜਾਵੇਗੀ ਅਤੇ ਸਾਡੀ ਬਹੁਤ ਜ਼ਿਆਦਾ ਬਦਨਾਮੀ ਹੋ ਜਾਵੇਗੀ। ਉਸਨੇ ਕਿਹਾ, ਦੇਖੋ ਸਹੁਰਾ ਜੀ ਪਹਿਲਾਂ ਹੀ ਬਹੁਤ ਸਮਾਂ ਹੋ ਗਿਆ ਹੈ, ਤੁਹਾਡਾ ਬੇਟਾ ਅਜੇ 10 ਦਿਨ ਹੋਰ ਘਰ ਨਹੀਂ ਆਵੇਗਾ ਅਤੇ ਮੈਂ ਇੱਥੇ ਬੁਰੀ ਤਰ੍ਹਾਂ ਨਾਲ ਤੜਫ ਰਹੀ ਹਾਂ। ਉਸ ਦੀ ਗੱਲ ਸੁਣ ਕੇ ਮੈਂ ਸੋਚੀ ਪੈ ਗਿਆ। ਫਿਰ ਉਹ ਮੈਨੂੰ ਕਹਿਣ ਲੱਗੀ, ਜਲਦੀ ਦੱਸੋ ਪਾਪਾ ਜੀ। ਮੈਂ ਕਿਹਾ, ਠੀਕ ਹੈ ਮੈਂ ਤਿਆਰ ਹਾਂ। ਮੈਂ ਅਜਿਹਾ ਇਸ ਲਈ ਕਿਹਾ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਨੂੰਹ ਘਰ ਤੋਂ ਬਾਹਰ ਕਿਸੇ ਹੋਰ ਕੋਲ ਜਾਵੇ, ਇਸ ਲਈ ਮੈਂ ਉਸਨੂੰ ਨਾਂਹ ਨਹੀਂ ਕੀਤੀ। ਫਿਰ ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਗਈ। ਮੈਨੂੰ ਬਹੁਤ ਸ਼ਰਮਿੰਦਗੀ ਹੋ ਰਹੀ ਸੀ, ਮੇਰਾ ਮਨ ਨਾ ਬਣਦਾ ਵੇਖ ਕੇ ਉਹ ਮੈਨੂੰ ਰੈਡੀ ਕਰਨ ਲੱਗ ਗਈ। ਉਹ ਜ਼ਬਰਦਸਤੀ ਮੇਰੇ ਨਾਲ ਖੇਡਣ ਲੱਗ ਗਈ। ਉਸਦੇ ਇਸ ਤਰ੍ਹਾਂ ਕਰਨ 'ਤੇ ਮੇਰਾ ਦਿਲ ਵੀ ਡੋਲ ਗਿਆ। ਫਿਰ ਮੈਂ ਵੀ ਸ਼ੁਰੂ ਹੋ ਗਿਆ ਅਤੇ ਮੈਂ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੇਰੀ ਬਹੂ ਮੇਰੇ ਨੂੰ ਵੇਖ ਕੇ ਹੈਰਾਨ ਰਹਿ ਗਈ। ਉਹ ਮੈਨੂੰ ਕਹਿਣ ਲੱਗੀ, ਇਸ ਉਮਰ ਵਿੱਚ ਵੀ ਤੁਹਾਡਾ ਬਹੁਤ ਮਜ਼ਬੂਤ ਹੈ। ਮੈਂ ਉਸਦੇ ਦੋਵਾਂ ਦਾ ਪੀਣ ਲੱਗ ਗਿਆ। ਮੇਰੇ ਇਸ ਤਰ੍ਹਾਂ ਕਰਨ ਨਾਲ ਉਹ ਮਦਹੋਸ਼ ਹੋਣ ਲੱਗ ਗਈ। ਫਿਰ ਮੈਂ ਉਸਦੀ ਕਰਨੀ ਸ਼ੁਰੂ ਕਰ ਦਿੱਤੀ। ਉਸਨੂੰ ਬਹੁਤ ਮਜ਼ਾ ਆ ਰਿਹਾ ਸੀ ਅਤੇ ਮੈਨੂੰ ਵੀ ਬਹੁਤ ਵਧੀਆ ਲੱਗ ਰਿਹਾ ਸੀ। ਕੁਛ ਟਾਈਮ ਬਾਅਦ ਸਭ ਕੁਝ ਸ਼ਾਂਤ ਹੋ ਗਿਆ। ਸਭ ਕੁਝ ਸ਼ਾਂਤ ਹੋਣ ਤੋਂ ਬਾਅਦ ਉਹ ਮੈਨੂੰ ਕਹਿਣ ਲੱਗੀ, ਪਾਪਾ ਜੀ ਤੁਸੀਂ ਤਾਂ ਬਹੁਤ ਤਾਕਤਵਰ ਹੋ, ਮੈਂ ਅੱਜ ਦਾ ਦਿਨ ਕਦੇ ਨਹੀਂ ਭੁੱਲਾਂਗੀ। ਮੈਂ ਕਿਹਾ, ਬਹੂ ਮੈਂ ਵੀ ਇਹ ਦਿਨ ਕਦੇ ਨਹੀਂ ਭੁੱਲ ਸਕਦਾ, ਕਿਉਂਕਿ ਅੱਜ ਪਹਿਲੀ ਵਾਰ ਮੈਂ ਆਪਣੇ ਤੋਂ ਬਹੁਤ ਛੋਟੀ ਕੁੜੀ ਨਾਲ ਕੀਤਾ ਹੈ। ਇਸ ਤੋਂ ਬਾਅਦ ਅਸੀਂ ਨੇ ਇੱਕ ਵਾਰ ਫਿਰ ਉਹ ਸਭ ਕਰਿਆ। ਇਸ ਤੋਂ ਬਾਅਦ ਬਹੂ ਨੇ ਕਿਹਾ, ਸਹੁਰਾ ਜੀ ਤੁਹਾਡੇ ਨਾਲ ਮੈਨੂੰ ਬਹੁਤ ਮਜ਼ਾ ਆਇਆ, ਤੁਸੀਂ ਸੱਚਮੁੱਚ ਬਹੁਤ ਕਮਾਲ ਕਰ ਦਿੱਤਾ ਹੈ, ਅੱਜ ਤੱਕ ਤੁਹਾਡੇ ਬੇਟੇ ਨੇ ਵੀ ਇਸ ਤਰ੍ਹਾਂ ਨਹੀਂ ਕੀਤਾ। 2 ਦਿਨ ਬਾਅਦ ਮੇਰੀ ਬਹੂ ਖਾਣਾ ਦੇਣ ਲਈ ਹੌਸਪੀਟਲ ਚਲੀ ਗਈ ਤਾਂ ਮੇਰੇ ਬੇਟੇ ਨੇ ਉਸਨੂੰ ਇਹ ਨਹੀਂ ਦੱਸਿਆ ਕਿ ਅੱਜ ਉਸਨੂੰ ਛੁੱਟੀ ਮਿਲ ਜਾਵੇਗੀ। ਉਹ ਸਾਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ, ਇਸ ਲਈ ਉਸਨੇ ਬਹੂ ਨੂੰ ਇਹ ਨਹੀਂ ਦੱਸਿਆ ਸੀ ਕਿ ਡਾਕਟਰ ਅੱਜ ਉਸਨੂੰ ਘਰ ਭੇਜ ਦੇਵੇਗਾ। ਜਦੋਂ ਮੇਰੀ ਬਹੂ ਘਰ ਆਈ ਤਾਂ ਉਸਨੇ ਮੈਨੂੰ ਕਿਹਾ ਕਿ ਉਸਦਾ ਫਿਰ ਤੋਂ ਕਰਨ ਦਾ ਮਨ ਕਰ ਰਿਹਾ ਹੈ। ਮੈਂ ਤਾਂ ਰੈਡੀ ਹੀ ਸੀ। ਅਸੀਂ ਦਰਵਾਜ਼ਾ ਬੰਦ ਨਹੀਂ ਕੀਤਾ ਸੀ ਕਿਉਂਕਿ ਘਰ ਵਿੱਚ ਕੋਈ ਹੈ ਨਹੀਂ ਸੀ। ਅਸੀਂ ਆਪਣਾ ਕੰਮ ਕਰਨ ਵਿੱਚ ਮਗਨ ਸੀ ਕਿ ਤਦ ਹੀ ਮੇਰਾ ਬੇਟਾ ਘਰ ਵਾਪਸ ਆ ਗਿਆ। ਉਸਨੇ ਸਾਨੂੰ ਇਸ ਹਾਲਤ ਵਿੱਚ ਵੇਖ ਲਿਆ ਸੀ। ਮੈਂ ਪੂਰੀ ਤਰ੍ਹਾਂ ਨਾਲ ਡਰ ਗਿਆ ਸੀ ਕਿ ਮੇਰਾ ਬੇਟਾ ਮੇਰੇ ਬਾਰੇ ਕੀ ਸੋਚੇਗਾ।
ਪਰ ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਮੇਰਾ ਬੇਟਾ ਮੈਨੂੰ ਕਹਿਣ ਲੱਗਿਆ, ਪਾਪਾ ਤੁਸੀਂ ਕਰਦੇ ਸਮੇਂ ਚੋਟ ਖਾ ਸਕਦੇ ਹੋ, ਤੁਹਾਡੀ ਹੁਣ ਉਮਰ ਵੀ ਹੋ ਗਈ ਹੈ। ਫਿਰ ਮੈਂ ਆਪਣੇ ਬੇਟੇ ਨੂੰ ਕਿਹਾ, ਬੇਟਾ ਬਹੂ ਇਕੱਲੀ ਰਹਿ ਕੇ ਬੋਰ ਹੋ ਰਹੀ ਸੀ, ਇਸ ਲਈ ਮੈਂ ਉਸਦਾ ਦਿਲ ਲਗਾਉਣ ਲਈ ਉਸ ਨਾਲ। ਫਿਰ ਮੇਰੇ ਬੇਟੇ ਨੇ ਦੱਸਿਆ ਕਿ ਡਾਕਟਰ ਨੇ ਕਿਹਾ ਹੈ ਕਿ ਹੁਣ ਮੈਂ ਪੂਰੀ ਤਰ੍ਹਾਂ ਨਾਲ ਠੀਕ ਹੋ ਗਿਆ ਹਾਂ ਅਤੇ ਹੁਣ ਮੈਂ ਵੀ ਕਰਨ ਲਈ ਬਿਲਕੁਲ ਤਿਆਰ ਹਾਂ। ਇਸ ਤੋਂ ਬਾਅਦ ਅਸੀਂ ਤਿੰਨਾਂ ਨੇ ਇਕੱਠੇ ਕਰਿਆ। ਤਾਂ ਦੋਸਤੋ, ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਅਜਿਹੀਆਂ ਦਿਲਚਸਪ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਤਾਂ ਕਿ ਆਉਣ ਵਾਲੀਆਂ ਨਵੀਆਂ ਕਹਾਣੀਆਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਜੀ। ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਧੰਨਵਾਦ ਜੀ।